ਗੁੱਡ ਮਾਰਨਿੰਗ। ਅੱਜ ਹੈਗੀ ਆ 9 ਤਰੀਕ 9 ਮਈ। ਪਰਸੋਂ ਹੈਗੀ ਸਾਡੀ ਫਲਾਈਟ ਆਸਟ੍ਰੇਲੀਆ ਤੋਂ ਪਰਤ ਤੋਂ ਇੰਡੀਆ ਦੀ, ਅਤੇ ਕਹਿ ਸਕਦੇ ਹਾਂ ਸੈਕਿੰਡ ਲਾਸਟ ਡੇ। ਅੱਜ ਆਪਦੇ ਆਪਦੇ ਕੰਮਾਂ ਤੋਂ ਫਰੀ ਹੋ ਕੇ ਲਾਸਟ ਡੇ 'ਤੇ ਜਿਹੜਾ ਇੱਥੇ ਸਾਡਾ ਉਹਨੂੰ ਇੰਜੋਏ ਕਰਨ ਚੱਲੇ ਹਾਂ। ਜਿਹੜੀ ਮੈਂ ਜੋਬ ਕਰਦਾ ਹੁੰਦਾ ਸੀ, ਮੈਂ ਉੱਥੇ ਕਈ ਪਲੇਸਿਸ ਦੇਖੀਆਂ ਜਿਹੜੀਆਂ ਕਿ ਬੜੀਆਂ ਹੀ ਘੈਂਟ ਸੀ। ਅਤੇ ਇਹ ਗੱਡੀ 'ਤੇ ਨਾਲ ਸੱਗੇ ਵੀ ਅੱਜ ਜੋਬ ਤੋਂ ਛੁੱਟੀ ਦੇ ਨੇ। ਅਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਪੁਆਇੰਟ ਹੋਊਗਾ ਹੋਊਗਾ ਬੈਕ ਬੀਚ। ਇਸ ਟਾਈਮ ਓਸ਼ੀਅਨ ਡਰਾਈਵ, ਬੇਸਿਕਲੀ ਓਸ਼ੀਅਨ ਡਰਾਈਵ ਇੱਥੋਂ ਦੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਘੈਂਟ ਆ। ਅਤੇ ਉੱਥੇ ਜਾ ਕੇ ਹੀ ਦਿਖਾਉਂਦੇ ਤੁਹਾਨੂੰ ਕਿ ਅੱਜ ਸਾਰੀਆਂ ਥਾਵਾਂ 'ਤੇ ਜਾ ਕੇ ਫੋਟੋਗ੍ਰਾਫੀ ਵੀ ਹੋਊਗੀ, ਕਿਉਂਕਿ ਖੁੱਲ੍ਹਾ ਟਾਈਮ ਰੱਖਿਆ ਸੀ, ਥੋੜ੍ਹਾ ਲੇਟ ਹੋ ਗਏ ਹਾਂ। ਅਤੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਜਿਵੇਂ ਜਿਵੇਂ ਚੱਲੀ ਜਾਊਗੀ ਨਾਲ ਫੋਟੋਆਂ ਵੀ ਲਵਾਂਗੇ, DSLR ਵੀ ਅਸੀਂ ਚੱਕ ਲਿਆ। ਅਤੇ ਅੱਜ ਲਾਸਟ ਡੇ 'ਤੇ ਮਾਰਕੀਟ ਪਲੇਸ 'ਤੇ, ਕਿਉਂਕਿ ਦੇਖੀਆਂ ਜਾ ਰਹੀਆਂ ਚੀਜ਼ਾਂ, ਕਿਉਂਕਿ ਸੈਲਰੀ ਹੱਥ 'ਚ ਆਈ ਆ ਅਤੇ ਹੁਣ ਉਹਨਾਂ ਨੂੰ ਖਰਚਾ ਵੀ ਕਰਨਾ ਥੋੜ੍ਹਾ ਬਹੁਤ ਅਸੀਂ, ਅਤੇ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਮਾਰਕੀਟ ਪਲੇਸ 'ਤੇ। ਤੁਸੀਂ ਜਦੋਂ ਪਰਥ ਜਾਣਾ ਉੱਥੇ ਵੀ ਦੇਖ ਸਕਦੇ, ਕਿਉਂਕਿ ਪਰਥ ਦੇ ਅਰਾਊਂਡ ਵੀ ਘਰ ਹੈਗੇ ਨੇ। ਚਲੋ, ਮੈਂ ਉਹ ਸਾਰੇ ਰਸਤਿਆਂ 'ਤੇ ਆ ਰਿਹਾ ਜਿੱਥੇ ਜਿੱਥੇ ਮੈਂ ਕੰਮ ਕੀਤਾ। ਆ KFC ਹੰਗਰੀ ਜੈਕ, ਇੱਥੋਂ ਮੈਂ ਡਿਲੀਵਰੀਆਂ ਚੱਕੀਆਂ। ਬਟ ਇਸ ਦੌਰਾਨ ਮੈਂ ਕਈ ਥਾਵਾਂ 'ਤੇ ਮੈਂ ਕਰ ਰਿਹਾ, ਇਹ ਗੇਅਰ ਵਾਲੀ ਕਾਰ ਨੀਗੀ, ਆਟੋਮੈਟਿਕ ਕਾਰ ਆ। ਹਾਂ ਹਾਂ, ਅਤੇ ਦੇਖ ਲਿਆ ਮੈਂ, ਤਾਂ ਹੀ ਰੁਕੀ ਕਾਰ ਆਪਣੇ ਆਪ ਤੋਂ ਰੁਕੀ ਨਹੀਂ। ਆਹ ਹੈਗਾ ਡੈਲਿਆਪ ਏਰੀਆ, ਮਾਰਕੀਟ ਏਰੀਆ ਜਿੱਥੇ ਸਾਰੇ ਫੂਡ ਕੋਰਟ ਅਤੇ ਗ੍ਰੈਵਿਟੀ ਦਾ ਇੱਕ ਜਿੰਮ ਵਾਲਾ ਸਿਸਟਮ ਆ। ਇਹ ਰੋਡ ਤੋਂ ਅਗਰ ਸਿੱਧਾ ਜਾਵਾਂਗੇ ਆਪਾਂ ਤਾਂ ਸਾਹਮਣੇ ਡੈਲਿਪ ਬੀਚ ਆ। ਇੱਥੋਂ ਸੱਜੇ ਪਾਸੇ ਚੱਲ ਜਾਵਾਂਗੇ ਫਿਰ ਬਨਵਰੀ ਪਹੁੰਚ ਜਾਵਾਂਗੇ। ਇਸ ਟਾਈਮ ਗਲੀਆਂ ਜਾ ਰਹੀਆਂ, ਇੱਥੇ ਮੈਂ ਬੜੀਆਂ ਹੀ ਬੜੇ ਕੰਮ ਕੀਤੇ, ਬੜੀਆਂ ਜੋਬਾਂ ਫੜੀਆਂ। ਅਤੇ ਇਹ ਵਾਲਾ ਏਰੀਆ ਜਿਹੜਾ ਹੈਗਾ, ਇਸ ਟਾਈਮ ਅਸੀਂ ਹੈਗੇ ਡੈਲਿਪ। ਏਰੀਆ ਵੀ ਸੋਹਣਾ ਵਾ, ਇਸ ਤੋਂ ਸੋਹਣੇ ਸੋਹਣੇ ਹੋਰ ਵੀ ਹੈਗੇ ਟ੍ਰੀਨਡੇਲ ਆਸਟ੍ਰਾਲੈਂਡ ਵਾਲੇ ਪਾਸੇ। ਬਟ ਇੱਧਰ ਦੀ ਜਿਹੜੀ ਐਂਡ ਪੁਆਇੰਟ 'ਤੇ ਜਾ ਕੇ ਬੀਚ ਆ, ਉਹ ਏਰੀਆ ਘਰ 'ਚ ਬਣੇ ਆ, ਉਹ ਬਹੁਤ ਸੋਹਣੇ ਆ। ਇੱਥੋਂ ਬਸ 4-3 ਮਿੰਟ ਦਾ ਰਸਤਾ ਰਹਿ ਚੁੱਕਾ ਉਹ। ਜਿਹੜਾ ਹੁਣ ਸ਼ੁਰੂ ਹੋਣਾ ਏਰੀਆ, ਇੱਥੋਂ ਬੜੀ ਖੂਬਸੂਰਤੀ ਆ ਇਸ ਏਰੀਏ ਦੀ ਸ਼ੁਰੂ ਹੋ ਗਈ ਆ। ਲੈਫਟ ਸਾਈਡ 'ਤੇ ਸੋਹਣੇ ਸੋਹਣੇ ਪਾਰਕ ਆ, ਰਾਈਟ ਸਾਈਡ 'ਤੇ ਘਰ ਆ। ਦੇਖੋ ਜਿਹੜੇ ਘਰ ਆ ਉਹ ਲੋਕਾਂ ਦਾ, ਇੱਥੇ ਜਦੋਂ ਘਰੋਂ ਬਾਹਰ ਨਿਕਲਦੇ ਸਾਹਮਣੇ ਇੰਨੀ ਗ੍ਰੀਨਰੀ ਆ, ਜੰਗਲ ਫੋਰੈਸਟ ਕਾਇੰਡ ਆਫ, ਬੱਚਿਆਂ ਲਈ ਵੱਡਿਆਂ ਲਈ ਖੇਡਣ ਲਈ, ਖੇਡਣ ਵਾਸਤੇ ਵੀ ਬੜਾ ਕੁਛ ਬਣਿਆ ਹੋਇਆ। ਸੱਜੇ ਪਾਸੇ ਘਰ, ਬਸ ਇੱਥੋਂ 1 ਮਿੰਟ ਦੀ ਦੂਰੀ 'ਤੇ, 1 ਜਾਂ 1.5 ਮਿੰਟ ਦੀ ਦੂਰੀ 'ਤੇ ਮੈਂ ਕਹੂੰਗਾ ਕਿ ਇੱਕ ਪਾਰਕ ਕਾਇੰਡ ਆਫ ਥਿੰਗ ਸ਼ੁਰੂ ਹੋਣਾ ਏਰੀਆ ਜਿਹੜਾ ਬੀਚ ਵਾਲਾ।
ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਹੁਣ ਜਾਣ ਲੱਗੇ ਪਤਾ ਚੱਲ ਰਿਹਾ ਵੀ ਕਿਹੜੀਆਂ ਥਾਵਾਂ ਕਿੰਨੀ ਦੂਰ ਨੇ, ਪਰ ਇੰਨੀ ਇੰਨੀ ਦੂਰ ਮੈਂ ਆਉਂਦਾ ਰਿਹਾ ਯਾਰ ਡਿਲੀਵਰੀਆਂ ਕਰਨ। ਓਕੇ, ਅਤੇ ਹੁਣ ਆਲਮੋਸਟ ਆਈ ਥਿੰਕ ਪਹੁੰਚ ਗਏ ਹਾਂ ਡੈਲਿਪ ਦਾ ਜਿਹੜਾ ਬੀਚ ਏਰੀਆ, ਹਾਂ ਪਹੁੰਚ ਗਏ ਹਾਂ। ਤਾਂ ਦਿਸ ਇਜ਼ ਡੈਲਿਪ ਬੀਚ, ਇੱਥੇ ਗੱਡੀ ਪਾਰਕ ਕਰਕੇ ਅਤੇ ਤੁਸੀਂ ਉਹ ਫਰੰਟ 'ਤੇ ਜਿਹੜੇ ਬਣੇ ਹੋਏ ਆ ਪਾਰਕ ਬੀਚ ਉੱਥੇ ਬੈਠ ਸਕਦੇ ਹੋ। ਇੱਥੋਂ ਫਿਲਹਾਲ ਰਾਊਂਡ ਆਪਾਂ ਲਵਾਂਗੇ ਅਤੇ ਦੂਜੇ ਪਾਸੇ ਡੈਲਿਪ ਬੀਚ ਆ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ। ਆਹ ਘਰ ਤੇ ਸ਼ਾਨਦਾਰ ਨੇ, ਇਹਦੇ ਘਰ ਦੇ ਸਾਹਮਣੇ ਪਤਾ ਕੀ ਚੀਜ਼ ਹੈ, ਪਾਰਕ ਤੇ ਹੈਗੀ ਹੈਗੇ ਫਰੰਟ ਤੇ, ਰਾਈਟ ਸਾਈਡ ਤੇ ਬੀਚ ਆ, ਬਿਊਟੀਫੁਲ ਬੀਚ ਹੈ। ਆਹ ਜਿਹੜੀ ਜਗ੍ਹਾ ਸੀ ਇਹ ਲੱਭ ਰਿਹਾ ਸੀ ਮੈਂ, ਇਹ ਚੋਰੀ ਚੋਰੀ ਲੰਘ ਗਈ, ਛੋਟਾ ਜਿਹਾ ਰਸਤਾ ਸੀਗਾ ਕਿ ਇੰਨੀ ਕੁ ਜ਼ਿਆਦਾ ਬਿਊਟੀਫੁੱਲ ਆ, ਇੰਨੀ ਕੁ ਜ਼ਿਆਦਾ। ਸਾਹਮਣੇ ਤੁਸੀਂ ਗੱਡੀ ਪਾਰਕ ਲਾਓ ਅਤੇ ਇੱਥੋਂ ਇੱਕ ਬੋਰਡ ਵਾਕ ਜਾਂਦੀ ਥੱਲੇ, ਵੁਡਨ ਬ੍ਰਿਜ ਹੈ ਛੋਟਾ ਜਿਹਾ। ਕਹਿੰਦੇ ਆਸਟ੍ਰੇਲੀਆ 'ਚ ਕੁੱਲ ਮਿਲਾ ਕੇ 13-14 ਹਜ਼ਾਰ ਬੀਚਿਸ ਨੇ, ਤੁਸੀਂ ਸਾਰੀਆਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਲਾਈਫ ਘੱਟ ਪੈ ਜਾਣੀ ਹੈ, ਅਗਰ ਹਰ ਬੀਚ 'ਤੇ 5-10 ਮਿੰਟ ਵੀ ਬਿਤਾਓ। ਲੁੱਕ ਐਟ ਦਿਸ ਪਲੇਸ, ਇੱਥੇ ਲੋਕ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਕੁੱਤੇ ਬਹੁਤ ਲੈ ਕੇ ਆਉਂਦੇ ਆ ਉੱਤੇ ਲੀਸ਼ 'ਚ ਪਾ ਕੇ। ਵਾਟ ਆ ਬਿਊਟੀਫੁੱਲ ਪਲੇਸ, ਅਤੇ ਅਸੀਂ ਹੁਣੇ ਥੱਲੇ ਵੀ ਜਾਵਾਂਗੇ, ਕੁਛ ਫੋਟੋਗ੍ਰਾਫੀ ਕਰਾਂਗੇ। ਓਕੇ, ਆਈ ਵਾਂਟ ਟੂ ਟੇਕ ਵਨ ਪਿਕਚਰ। ਇਜ਼ ਇਟ ਓਕੇ ਆਈ ਐਮ ਰਿਕਾਰਡਿੰਗ ਦ ਵੀਡੀਓ? She was in a very poor state. My wife is a pet lover. She is missing her pet. Are you living here? No. This pet is in India. We left there. Have you moved here? Yeah. And you can, I'm sorry to hear that you left your pet there, but you can get a rescue dog, is my advice. When we left him, he gave up everything to... I mean, not taking meals, not taking milk and water for the few days, but now he's okay. Yeah. Missed you. When you go back, you'll be so excited. So there's a place called SAFE, which is saving animals from euthanasia. And they stories we don't like it. ਬੜਾ ਹੀ ਪਿਆਰਾ ਛੋਟਾ। He's friendly, right? Yeah, put the hand into her chin. Yeah, she loves it. She wants to fart. Oh my God. Hand under her chin. No, this one. Under here. She likes it. Oh, it's so wet. Yeah, she chases this. She went for swimming. She chases this. She's all wet. Yeah, I'll tell you how she has a shower. This one is top. Yeah.
Sherry. Sherry sago. Sherry means sherry. Wine. Wine? Yeah. Oh, lovely. Delicious. I think she does. I'm trying to teach her some tricks as well. So she lost her puppies. When we were in India, I used to sleep with her, yeah, my wife. One? And I mean... And you got picked up. When? And you picked up. Yeah, definitely. Same as my husband. It's true. Yeah, I know. It's true. So she comes to the beach. ਸਾਨੂੰ ਭੁੱਖ ਲੱਗ ਗਈ, ਅਸੀਂ ਵਾਪਿਸ ਆਏ ਇੱਥੇ ਅਤੇ ਅੱਜ ਉਹਨਾਂ ਰੈਸਟੋਰੈਂਟਾਂ ਦੇ ਵਿੱਚੋਂ ਕੌਫੀ ਕੂਫੀ ਲੈਣ ਆਏ ਖਾਣ, ਜਿੱਥੋਂ ਮੈਂ ਲੋਕਾਂ ਲਈ ਸਮਾਨ ਚੱਕ ਕੇ ਉਹਨਾਂ ਨੂੰ ਦੇਣ ਜਾਂਦਾ ਹੁੰਦਾ ਸੀ। ਡੈਲਫ ਬੀਚ 'ਤੇ ਅਸੀਂ ਆਪਦਾ ਬ੍ਰੇਕਫਾਸਟ ਲੈਣ ਦਾ, ਅਤੇ ਇੱਥੋਂ ਸਾਨੂੰ ਕੰਮ ਪੈ ਗਿਆ ਸੀ, ਉਹ ਕੰਮ ਕੰਪਲੀਟ ਕਰਕੇ ਦੁਬਾਰਾ ਇੱਥੇ ਆਏ ਹਾਂ ਅਤੇ ਬੀਚ ਦੇ ਉੱਤੇ ਕੌਫੀ ਪੀਤੀ ਜਾ ਰਹੀ ਹੁਣ। ਪੇਟ ਪੂਜਾ ਹੋ ਗਈ ਆ, ਥੋੜ੍ਹੇ ਦਿਨ ਪਹਿਲਾਂ ਮੈਂ ਇੱਥੇ ਆਇਆ ਸੀ ਅਤੇ ਬਟ ਇੱਥੋਂ ਉੱਪਰੋਂ ਦੀ ਫੋਟੋ ਕਰਕੇ ਚਲਾ ਗਿਆ ਸੀ। ਇੱਥੋਂ ਮੈਂ ਹੁਣ ਅੱਜ ਥੱਲੇ ਜਾਊਂਗਾ ਅਤੇ ਇਹ ਥੱਲੇ ਬਣਿਆ ਬਹੁਤ ਹੀ ਸੋਹਣਾ, ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਉਹਦੀ ਆਵਾਜ਼ ਤੱਕ ਆ ਰਹੀ ਆ। ਇੱਥੋਂ ਦੇ ਬੀਚ ਜਿਹੜੇ ਇੰਡੀਆ ਦੇ ਗੋਆ ਦੇ ਬੀਚ ਆ ਅਤੇ ਜ਼ਮੀਨ ਅਸਮਾਨ ਦਾ ਫਰਕ ਆ। ਗੋਆ ਦੇ ਬੀਚ ਮੋਸਟਲੀ ਜਿੰਨੇ ਨੌਰਥ ਗੋਆ 'ਚ ਕੋਈ ਵੀ ਸਾਫ਼ ਨਹੀਂ ਹੈਗਾ, ਬਹੁਤ ਹੀ ਗੰਦ ਆ। ਇੱਥੇ ਪਾਣੀ ਬਿਲਕੁਲ ਤੁਹਾਨੂੰ ਸਾਫ਼ ਮਿਲੇਗਾ, ਠੰਡਾ ਪਾਣੀ ਇਸ ਟਾਈਮ ਕਿਉਂਕਿ ਠੰਡ ਆ। ਆਪਾਂ ਆ ਗਏ ਥੱਲੇ, ਆਹ ਦੇਖੋ ਜੀ ਡੈਲਫ ਦਾ ਬਹੁਤ ਹੀ ਖੂਬਸੂਰਤ ਬੀਚ। ਸਾਰੀਆਂ ਪੌੜੀਆਂ ਉੱਤਰ ਕੇ ਇੱਥੇ ਆਏ ਹਾਂ ਅਤੇ ਦੂਰ ਦੂਰ ਤੱਕ ਦੇਖੋ ਇਹੀ ਬੀਚ, ਕਿਆ ਖੂਬਸੂਰਤ ਨਜ਼ਾਰਾ, ਪਾਣੀ ਇੰਨਾ ਸਾਫ਼। ਕਾਫੀ ਸਾਰੀ ਸ਼ੋਪਿੰਗ ਕਰਨ ਤੋਂ ਬਾਅਦ ਹੁਣ ਅਸੀਂ ਆਸਟਰਲੈਂਡ ਦੇ ਜਿਹੜੀ ਛੋਟੀ ਜੈਟੀ ਕਹਿ ਸਕਦੇ ਹਾਂ ਬੋਰਡ ਵਾਕ, ਇੱਥੇ ਆ ਗਏ ਹਾਂ।
ਆਸਟ੍ਰੇਲੀਅਨ ਪਾਰਕ ਦੇ ਨੇੜੇ ਬੋਰਡ ਵਾਕ ਜਿਹੜੀ ਕਿ ਸਮੁੰਦਰ ਦੇ ਵਿੱਚ ਜਾਂਦੀ ਲੰਬੇ ਰੋਗ ਮਤਲਬ ਤੁਸੀਂ ਬਿਲਕੁਲ ਵਿੱਚ ਵਿਚਾਲੇ ਜਾ ਸਕਦੇ ਹੋ ਕੁਛ ਇੱਦਾਂ ਦਾ ਸਿਸਟਮ ਹੈ ਦੂਰੋਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਲੱਕੜਦਾਰ ਬ੍ਰਿਜ ਆ ਅਤੇ ਬ੍ਰਿਜ ਤੋਂ ਬਾਅਦ ਕੱਚਾ ਰਸਤਾ ਪੱਥਰ ਪਾ ਕੇ ਉਹ ਜਿਹੜਾ ਸਾਹਮਣੇ ਦੇਖ ਰਹੇ ਹੋ ਤੁਸੀਂ ਆ ਦੇਖ ਰਹੇ ਹੋ ਨਾ ਤੁਸੀਂ ਦੇਖ ਰਹੇ ਹੋ ਨਾ ਵਿਨੋਦ ਆ ਲੱਕੜ ਦਾ ਵੁਡਨ ਬ੍ਰਿਜ ਉਸ ਤੋਂ ਬਾਅਦ ਉਹ ਕੱਚਾ ਰਸਤਾ ਜਿਵੇਂ ਬੰਗਾਲੀ ਵਾਲੇ ਪੁੱਲ 'ਤੇ ਮਹੂ ਉਹ ਦੇਖੋ ਕਿੱਥੋਂ ਤੱਕ ਜਾਂਦਾ ਤੁਸੀਂ ਉਹ ਜਾ ਸਕਦੇ ਐਂਡ ਤੱਕ ਇਸ ਜਗ੍ਹਾ ਦੀ ਜਿਹੜੀ ਖੂਬਸੂਰਤੀ ਹੈ ਜੋ ਇੱਥੇ ਫੀਲ ਹੁੰਦਾ ਪਿਆ ਉਹ ਕੈਮਰਾ ਜਾਂ ਵੀਡੀਓ ਦੇਖ ਕੇ ਕਦੀ ਵੀ ਕਿਸੇ ਨੂੰ ਨਹੀਂ ਆ ਸਕਦਾ ਫਿਜ਼ੀਕਲੀ ਯੂ ਹੈਵ ਟੂ ਹੀਅਰ ਲਾਈਕ ਆਈ ਸੈਡ ਫਿਜ਼ੀਕਲੀ ਯੂ ਹੈਵ ਟੂ ਬੀ ਹੇਅਰ ਐਂਡ ਦੈਨ ਫੀਲ ਦਾ ਰੀਅਲ right there is all the water and if you look at the left you feel like you are literally into the sea dekh rahe ho na vinod itthe kaisi ye jagah hai itthe apna thaila bag ch pao botlan beeran thandiyan barbecue da stand chakko ye cycling waste bada sona track hai ਹਾਏ 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 ਇੱਥੇ ਤਾਂ ਮੈਂ ਆਇਆ ਹੀ ਹੋਣਾ ਯਾਰ ਜਦੋਂ ਦਾ ਮੈਂ ਆਇਆ ਦੋ ਦਿਨ ਰਹਿ ਗਏ ਆ ਹੁਣ ਆਇਆ ਮੈਂ ਅੱਗੇ ਜਾ ਕੇ ਖੜ੍ਹੇ ਹੋਣਾ ਸੀ ਜਿਹੜਾ ਪੰਜਾਬ 'ਚ ਜਿਵੇਂ ਬੰਗਾਲੀ ਵਾਲੇ ਪੁੱਲ ਆ ਉੱਥੇ ਵੀ ਇੱਦਾਂ ਸੈਂਟਰ 'ਚ ਹੈਗਾ ਬਟ ਇੰਨਾ ਨਾ ਤਾਂ ਸਾਫ਼ ਪਾਣੀ ਹੁੰਦਾ ਉੱਥੇ ਨਾ ਇੰਨਾ ਸ਼ੁੱਧ ਪਿਓਰ ਹਵਾ ਜੋ ਘੱਟਾ ਵੀ ਨਹੀਂ ਹੈਗਾ ਪਹਿਲੀ ਗੱਲ ਕੁਛ ਡਸਟ ਨਹੀਂ ਉੱਡਦੀ ਵੀ ਕਿਆ ਹੀ ਬਾਤਾਂ ਯਾ ਚਾਰੇ ਪਾਸੇ ਮਾਹੌਲ ਹੀ ਮਿਲ ਰਿਹਾ ਆਸਟ੍ਰੇਲੀਅਨ ਟੂਰਿਸਟ ਪਾਰਕ ਦਾ ਹੋ ਗਿਆ ਪੂਰਾ ਅਤੇ ਇਸ ਤੋਂ ਬਾਅਦ ਚੱਲਦੇ ਹਾਂ ਬਨਬਰੀ ਬੈਕ ਬੀਚ ਬੈਕ ਬੀਚ ਬਹੁਤ ਉਹ ਵੀ ਓਸ਼ੀਅਨ ਡਰਾਈਵ ਆ
ਜਿਹੜੀ ਇਹ ਆਸਟ੍ਰੇਲੀਅਨ ਡਰਾਈਵ ਆ ਇਹ ਵੀ ਕੰਟੀਨਿਊਸ ਕਹਿ ਸਕਦੇ 20 ਕਿਲੋਮੀਟਰ 15 ਤੋਂ 20 ਕਿਲੋਮੀਟਰ ਬਾਏ ਦਾ ਰੋਡ ਬਾਏ ਦਾ ਸੀ ਇੱਦਾਂ ਹੀ ਚੱਲੀ ਜਾਂਦੀ ਆ ਅਤੇ ਵਿੱਚ ਇੱਕ ਪਾਰਕ ਬਣਿਆ ਹੋਇਆ ਆ ਹੈਗਾ ਜੀ ਬਣਬਰੀ ਦਾ ਬਿਲਕੁਲ ਐਂਡ ਇੱਥੇ ਪੋਰਟ ਆ ਨਾਲੇ ਆ ਬੋਟਸ ਆ ਇਹ ਬਿਲਕੁਲ ਐਂਡ ਆ ਬਨਬਰੀ ਦਾ ਇੱਕ ਪਾਸਾ ਅਤੇ ਇੱਥੋਂ ਅਸੀਂ ਹੁਣ ਅੱਗੇ ਜਾਣਾ ਸਾਡਾ ਲਾਸਟ ਸਟੋਪ ਆ ਬਸ ਉਹਨੂੰ ਕਹਿੰਦੇ ਬੈਕ ਬੀਚ ਓਸ਼ਨ ਡਰਾਈਵ ਤਾਂ ਦੋਸਤੋ ਇਹ ਹੈਗਾ ਜੇ ਬਨਬਰੀ ਦਾ ਟਾਊਨ ਅਸੀਂ ਜਿੱਥੇ ਪਹਿਲਾਂ ਖੜ੍ਹੇ ਸੀ ਹੁਣੇ ਕਾਰ 'ਤੇ ਉਹ ਬਨਬਰੀ ਦਾ ਇੱਕ ਪੋਰਟ ਆ ਐਂਡ ਪੁਆਇੰਟ ਆ ਉਸ ਤੋਂ ਅੱਗੇ ਕੁਛ ਨਹੀਂ ਹੈਗਾ ਬਨਬਰੀ 'ਚ ਮਤਲਬ ਉੱਥੇ ਬਨਬਰੀ ਖਤਮ ਹੋ ਜਾਂਦਾ ਅਤੇ ਉੱਥੋਂ ਅਸੀਂ ਹੁਣ ਬਨਬਰੀ ਟਾਊਨ ਦੇ ਵਿੱਚੋਂ ਹੁੰਦੇ ਹੋਏ ਬਨਬਰੀ ਬੈਕ ਬੀਚ ਯਾਨੀ ਕਿ ਓਸ਼ੀਅਨ ਡਰਾਈਵ ਜਿਹੜੀ ਅਗਰ ਤੁਸੀਂ ਕਾਰ 'ਤੇ ਓਸ਼ੀਅਨ ਡਰਾਈਵ 'ਤੇ ਡਰਾਈਵ ਕਰ ਰਹੇ ਹੋ ਤਾਂ ਕੰਟੀਨਿਊਸਲੀ 10 to 15 ਜਾਂ ਕਹਿ ਸਕਦੇ ਹੋ ਇੰਨੇ ਕੁ ਮਿੰਟ ਦੀ ਡਰਾਈਵ ਹੈ ਅਤੇ ਬੜੀ ਹੀ ਘੈਂਟ ਡਰਾਈਵ ਹੈ ਮਤਲਬ ਤੁਹਾਡੇ ਇੱਕ ਸਾਈਡ 'ਤੇ ਘਰ ਬਣੇ ਹੋਣਗੇ ਜਾਂ ਪਾਰਕ ਹੋਣਗੇ ਰੋਡ ਦੇ ਦੂਜੀ ਸਾਈਡ 'ਤੇ ਸੀ ਹੋਊਗਾ ਅਤੇ ਜਦੋਂ ਸੀਜ਼ਨ ਪੂਰਾ ਗਰਮੀਆਂ ਦਾ ਹੁੰਦਾ ਉੱਥੇ ਕਾਫੀ ਚਹਿਲ ਪਹਿਲ ਹੁੰਦੀ ਹੈ ਅਤੇ ਨਾਲ ਵਾਟਰ ਸਪੋਰਟਸ ਵੀ ਚੱਲ ਰਹੀਆਂ ਹੁੰਦੀਆਂ ਨੇ ਪਰ ਅੱਜ ਕੱਲ੍ਹ ਜਿਵੇਂ ਥੋੜ੍ਹਾ ਬਾਰਿਸ਼ਾਂ ਵਾਲਾ ਮੌਸਮ ਆ ਠੰਡਾ ਆ ਮੌਸਮ ਚੇਂਜ ਹੋ ਰਿਹਾ ਪਰ ਬਹੁਤ ਹੀ ਜ਼ਿਆਦਾ ਪਲੈਜ਼ੈਂਟ ਬਹੁਤ ਹੀ ਘੈਂਟ ਮੌਸਮ ਹੁੰਦਾ ਉੱਥੇ ਅੱਜ ਕੱਲ੍ਹ ਤੁਸੀਂ ਬੈਠੋ ਅਤੇ ਹੁਣ ਅਸੀਂ ਜਿੱਥੇ ਪਹੁੰਚ ਗਏ ਹਾਂ ਇੱਥੋਂ ਅਸੀਂ ਜਿੱਦਾਂ ਹੀ ਐਂਡ ਬਨਬਰੀ ਦੀ ਬੈਕ ਬੀਚ 'ਤੇ ਅਤੇ ਇੱਥੇ ਜਿਹੜੇ ਮਾਹੌਲ ਹੈ ਜਿਵੇਂ ਘਰ ਬਣੇ ਹੋਏ ਆ ਦੂਜੇ ਪਾਸੇ ਸੀ ਹੈ ਯਾਰ ਕਿਆ ਹੀ ਮਾਹੌਲ ਹੈ ਦੇਖੋ ਜਿੱਦਾਂ ਹੀ ਇੱਥੋਂ ਲੈਫਟ ਟਰਨ ਲੈਂਦੇ ਹਾਂ ਤਾਂ ਜੰਨਤ ਸ਼ੁਰੂ ਹੋ ਜਾਂਦੀ ਆ ਪਰ ਇੱਧਰੋਂ ਮੈਂ ਚੰਗੀ ਤਰ੍ਹਾਂ ਵੀਡੀਓ ਬਣਾ ਨਹੀਂ ਪਾਊਂਗਾ ਕਿਉਂਕਿ ਰੋਡ ਦੂਜੇ ਪਾਸੇ ਮੈਂ ਯੂ ਟਰਨ ਲੈ ਕੇ ਆਉਂਦਾ ਫਿਰ ਦਿਖਾਉਂਦਾ ਤੁਹਾਨੂੰ ਇਹ ਆਪਾਂ ਕਾਫੀ ਅੱਗੇ ਜਾ ਕੇ ਜਿੱਥੇ ਸ਼ੁਰੂ ਹੁੰਦਾ ਆਹ ਵਾਲੀ ਡਰਾਈਵ ਉੱਥੋਂ ਆਪਾਂ ਯੂ ਟਰਨ ਲੈ ਲਿਆ ਅਤੇ ਹੁਣ ਆਪਾਂ ਰੋਡ ਦੇ ਬਿਲਕੁਲ ਇੱਕ ਕਿਨਾਰੇ 'ਤੇ ਚੱਲ ਰਹੇ ਹਾਂ ਜਿੱਥੇ ਸਾਈਡ 'ਤੇ ਪੂਰਾ ਸੀ ਹੈ ਅਤੇ ਇੱਥੋਂ ਆਪਾਂ ਕਰਦੇ ਹਾਂ ਆਪਣੀ ਡਰਾਈਵ ਸ਼ੁਰੂ ਅਤੇ ਹੁਣ ਤੁਸੀਂ ਦੇਖੋ ਆਨੰਦ ਮਾਣੋ ਇਸ ਜਗ੍ਹਾ ਦਾ ਮੈਨੂੰ ਇਹ ਜਗ੍ਹਾ ਬਹੁਤ ਵਧੀਆ ਲੱਗਦੀ ਹੈ ਮੈਂ ਇੱਥੇ ਇੱਕ ਦਿਨ 'ਚ ਇੱਕ ਅੱਧੀ ਵਾਰੀ ਜਦੋਂ ਜੋਬ ਕਰਦਾ ਸੀ ਤਾਂ ਇੱਥੇ ਜ਼ਰੂਰ ਲੰਘਦਾ ਸੀ ਮੈਮਰੀ ਫੁੱਲ ਹੋ ਰਹੀ ਹੈ ਵੀਡੀਓ ਬਣਾਉਂਦੇ ਬਣਾਉਂਦੇ ਮੈਸੇਜ ਆ ਰਿਹਾ ਉੱਤੇ ਮੈਮਰੀ ਛੋਟਾ ਜਿਹਾ ਮੈਮਰੀ ਓਏ ਹੋਏ ਹੋਏ ਕਿਆ ਤਬਾਹੀ ਮੌਸਮ ਕਰਕੇ ਦੇਖੀਏ ਇੱਦਾਂ ਓਏ ਹੋਏ ਅਤੇ ਆ ਹੈਗੀ ਜੇ ਬੈਕ ਬੀਚ ਅਸੀਂ ਥੱਲੇ ਆ ਗਏ ਹਾਂ ਜਾਂਦੇ ਜਾਂਦੇ ਮੈਂ ਕਿਹਾ ਵੀ ਇਹਦੀ ਵੀ ਵੀਡੀਓ ਬਣਾ ਹੀ ਲਈਏ ਥੱਲੇ ਜਾ ਕੇ ਵੇਖ ਲਈਏ ਰੇਤ ਦੇਖੋ ਉੱਥੇ ਕਿੰਨੀ ਸਾਫ਼ ਚਿੱਟੀ ਪਾਣੀ ਤਾਂ ਬਹੁਤ ਹੀ ਜ਼ਿਆਦਾ ਸਾਫ਼ ਆ ਪਾਣੀ ਨੂੰ ਮੈਂ ਜਦੋਂ ਦਾ ਆਸਟ੍ਰੇਲੀਆ ਆਇਆ ਮੈਂ ਪਾਣੀ ਦੇ ਏਡੀ ਨੇੜੇ ਪਹਿਲੀ ਵਾਰੀ ਆਇਆ ਮੈਨੂੰ ਪਾਣੀ 'ਚ ਇੰਨਾ ਗਿੱਲਾ ਹੋਣਾ ਪਸੰਦ ਨਹੀਂ ਆ ਪਰ
ਅਲੱਗ ਹੀ ਲੈਵਲ ਆ ਯਾਰ, ਅਲੱਗ ਲੈਵਲ ਸ਼ਿਟ ਆ ਯਾਰ, ਅਲੱਗ ਲੈਵਲ ਮਖੂ, ਅਲੱਗ ਲੈਵਲ ਸ਼ਿਟ ਹੋਲ ਆ, ਇਹ ਅਲੱਗ ਹੀ ਲੈਵਲ ਸ਼ਿਟ ਆ ਯਾਰ। ਸਮੁੰਦਰ ਦਾ ਪਾਣੀ ਜੇ ਤੁਸੀਂ ਗੋਆ ਗੋਆ ਭੁੱਲ ਜਾਓਗੇ, ਜਿੰਨੀ ਬੀਚ ਇੱਥੇ ਸਾਫ਼ ਹੈ ਨਾ। ਹੋਏ ਹੋਏ ਹੋਏ, ਚਲੋ ਇਹ ਤਾਂ ਸੀਗਾ ਸਾਡਾ ਅੱਜ ਦਾ ਲਾਸਟ ਡੇ ਬਨਬ੍ਰਿਜ, ਅਤੇ 2 ਦਿਨਾਂ ਬਾਅਦ ਸਾਡੀ ਫਲਾਈਟ ਹੈ ਪਰਥ ਤੋਂ ਇੰਡੀਆ ਦੀ, ਅੰਮ੍ਰਿਤਸਰ ਦੀ। ਅਤੇ ਬਨਬਰੀ ਵੀ ਕੀ ਆਸਟ੍ਰੇਲੀਆ ਬਹੁਤ ਯਾਦ ਆਊਗਾ, ਬਨਬਰੀ ਵੀ ਬਹੁਤ ਯਾਦ ਆਊਗਾ। ਇਹ ਜਗ੍ਹਾ ਮੇਰੀ ਬਹੁਤ ਫੇਵਰੇਟ ਹੈ, ਮੈਂ ਜਦ ਵੀ ਵੀਡੀਓ ਦੇਖੂੰਗਾ ਜਿਹੜੀਆਂ ਬਣਾਈਆਂ ਮੈਨੂੰ ਬਹੁਤ ਯਾਦ ਆਊਗਾ, ਅਤੇ ਮੈਂ ਵਾਪਸ ਵੀ ਇੱਥੇ ਆਊਂਗਾ। ਕੋਸ਼ਿਸ਼ ਕਰਦੇ ਹਾਂ ਕਿ ਇਸ ਕੰਟਰੀ ਦੇ ਵਿੱਚ ਹੀ ਸੈਟਲ ਹੋ ਜਾਈਏ, ਕੋਸ਼ਿਸ਼ ਕਰਾਂਗੇ ਜ਼ਰੂਰ। ਤਦ ਤੱਕ ਕੇ ਲਈ ਅਸੀਂ ਹੁਣ ਤੁਹਾਨੂੰ ਅਲਵਿਦਾ ਕਹਿੰਦੇ ਹਾਂ। ਅਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਵਲੋਗ ਆਸਟ੍ਰੇਲੀਆ ਤੋਂ ਬਨਬਰੀ ਸਿਟੀ ਦਾ? ਅਤੇ ਚਲੋ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਅਤੇ ਇੱਥੋਂ ਤੁਹਾਨੂੰ ਕਹਿੰਦੇ ਹਾਂ ਅਲਵਿਦਾ। ਬਾਏ ਬਾਏ ਬਨਬਰੀ, ਬਾਏ ਬਾਏ ਆਸਟ੍ਰੇਲੀਆ।